ਇਹ ਮੁੰਡਾ ਤੇਜ਼ੀ ਦੇ ਨਾਲ ਜੋ ਭੱਜਿਆ ਜਾ ਰਿਹਾ ਤੁਹਾਨੂੰ ਨਜ਼ਰ ਆ ਰਿਹਾ, ਇਹ ਮੁੰਡਾ ਅਤੇ ਇਸਦਾ ਸਾਥੀ ਇੱਕ ਰਾਹ ਜਾਂਦੀ ਜਨਾਨੀ ਦੇ ਨਾਲ ਅਜਿਹੀ ਘਟੀਆ ਹਰਕਤ ਕਰਕੇ ਭੱਜੇ ਨੇ ਕਿ ਭੱਜਦੇ ਭੱਜਦੇ ਇਹਨਾਂ ਨੂੰ ਸਾਹ ਚੜ ਗਿਆ ਅਤੇ ਫਿਰ ਉਹ ਟੂਟੀ ਤੋਂ ਪਾਣੀ ਪੀ ਕੇ ਅੱਗੇ ਜਾਣ ਦੀ ਤਿਆਰੀ 'ਚ ਸੀ। ਪਰ ਇਸ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਨੇ ਇਹਨਾਂ ਨੂੰ ਜਦੋਂ ਕਾਬੂ ਕੀਤਾ ਤਾਂ ਸਾਰਾ ਮੁਹੱਲਾ ਬਾਹਰ ਨਿਕਲ ਆਇਆ ਅਤੇ ਫਿਰ ਇਹਨਾਂ ਨੂੰ ਖੰਭੇ ਨਾਲ ਬੰਨ੍ਹ ਕੇ ਐਸੀ ਤਸੱਲੀ ਕਰਵਾਈ ਕਿ ਹੁਣ ਇਹ ਸਾਰੀ ਉਮਰ ਯਾਦ ਰੱਖਣਗੇ। ਮਾਮਲਾ ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਬਲਦੇਵ ਨਗਰ ਦਾ ਹੈ। ਤੋਂ ਲੇਡੀਜ਼ ਪੈਦਲ ਆ ਰਹੀ ਸੀ, ਅੱਛਾ, ਉਹਨਾਂ ਦਾ ਇਹਨਾਂ ਨੇ ਮੋਬਾਈਲ ਖੋ ਕੇ ਮੋਟਰਸਾਈਕਲ ਬੜੀ ਤੇਜ਼ ਭਜਾਇਆ, ਅੱਛਾ, ਮਤਲਬ ਇਹਨਾਂ ਦੇ ਪਿੱਛੇ ਭੱਜੀ ਆ, ਇਹ ਹੱਥ ਨਹੀਂ ਆਏ ਅੱਗੇ, ਮੁੰਡੇ ਮੂਰ ਤੇ ਖੜੇ ਸੀ, ਉਹਨਾਂ ਨੂੰ ਆਵਾਜ਼ ਮਾਰੀ ਚੋਰ ਚੋਰ ਚੋਰ, ਉਹਨਾਂ ਨੇ ਧੱਕਾ ਮਾਰ ਕੇ ਸੁੱਟ ਲਿਆ। ਉਸ ਤੋਂ ਬਾਅਦ ਪਬਲਿਕ ਇਕੱਠੀ ਹੋਈ ਆ, ਇਕੱਠੀ ਹੋਣ ਤੋਂ ਬਾਅਦ ਇਹਨੂੰ ਇੱਥੇ ਬੰਨਿਆ ਗਿਆ, ਅੱਛਾ, ਤੇ ਪੁਲਿਸ ਨੂੰ ਦੋ ਫੋਨ ਕੀਤੇ, ਪੁਲਿਸ ਨਹੀਂ ਆਈ। ਅੱਛਾ, ਨਹੀਂ ਇਹ ਜਿਹੜਾ ਮੋਟਰਸਾਈਕਲ ਇਹ ਕਿਹਨਾਂ ਦਾ ਸੀਗਾ? ਮੋਟਰਸਾਈਕਲ ਇਹ ਬੰਦਾ ਚਲਾ ਰਿਹਾ ਸੀ ਜੀ। ਅੱਜ ਸਾਡੇ ਕਿਸ਼ਨਪੁਰ ਦੇ ਵਿੱਚ ਇੱਕ ਚੋਰੀ ਦੀ ਵਾਰਦਾਤ ਨੂੰ ਲੋਕਾਂ ਨੇ ਮੱਦੇ ਨਜ਼ਰ ਰੱਖਦੇ ਹੋਏ ਚੋਰ ਫੜੇ ਗਏ। ਮਹੱਲੇ ਵਾਸੀਆਂ ਨੇ, ਪੂਰੇ ਕਿਸ਼ਨਪੁਰੇ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਵਾ, ਅਤੇ ਨਾਲ ਹੀ ਸਾਡਾ ਪ੍ਰਸ਼ਾਸਨ ਨੇ, ਪੁਲਿਸ ਪ੍ਰਸ਼ਾਸਨ ਨੇ ਵੀ ਬਹੁਤ ਸਾਥ ਦਿੱਤਾ ਵਾ ਕਿ ਮੌਕੇ ਦੇ ਡਿਊਟੀ ਅਫਸਰ ਸੋਮਨਾਥ ਜੀ ਗਏ ਅਤੇ ਮਾਈਕਲ ਜੀ, ਇਹ ਸਾਰੇ PCR ਸਾਰੀ ਟੀਮ ਇੱਥੇ ਪਹੁੰਚੀ ਆ ਅਤੇ ਚੋਰਾਂ ਨੂੰ ਅਸੀਂ ਪੁਲਿਸ ਦੇ ਹੱਥ ਵਿੱਚ ਦਿੱਤਾ। ਸਰ ਬਰਾਮਦੀ ਕੀ ਹੋਈ ਹੈ ਪਤਾ ਕੁਛ? ਬਰਾਮਦੀ ਇੱਕ ਫੋਨ ਦੇ ਮੁੰਡੇ ਚੋਰੀ ਕਰਦਾ ਫੜਿਆ ਗਿਆ ਵਾ, ਅਤੇ ਬਾਕੀ ਹਾਲੇ ਦੇਖੋ ਉਹਨੂੰ ਲੈ ਚੱਲੇ ਥਾਣੇ ਦੇਖ ਕੇ ਕੀ ਹੁੰਦੇ ਬਰਾਮਦੀ। ਅਤੇ ਤੁਸੀਂ ਇਸ ਬਾਰੇ ਕੋਈ ਪ੍ਰਸ਼ਾਸਨ ਨੂੰ ਕੁਛ ਕਹਿਣਾ ਚਾਹੋਗੇ? ਸਥਾਨਕ ਲੋਕਾਂ ਨੇ ਦੱਸਿਆ ਕਿ ਮੁੰਡੇ ਇੱਕ ਜਨਾਨੀ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋਣ ਲੱਗੇ ਸੀ, ਜਿਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰਕੇ ਖੰਭੇ ਨਾਲ ਬੰਨ੍ਹ ਲਿਆ ਅਤੇ ਫਿਰ ਪੁਲਿਸ ਦੇ ਹਵਾਲੇ ਕੀਤਾ। ਹਕੀਕੀ TV ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।